ਲਾ ਦੀ ਬਰਕਤ ਅੱਜ ਮੈਂ ਬਣਾਵਾਂਗੀ ਸਿੰਧੀ ਵੈਜੀਟੇਬਲ ਰਾਇਤਾ। ਵੈਜੀਟੇਬਲ ਰਾਇਤਾ ਬਣਾਉਣ ਵਾਸਤੇ ਸਾਨੂੰ ਇੱਕ ਭਾਉ ਦਹੀਂ ਚਾਹੀਦਾ, ਇੱਕ ਚਮਚ ਗਾਜਰ, ਇੱਕ ਹਰੀ ਮਿਰਚ, ਦੋ ਚਮਚ ਹਰਾ ਧਨੀਆ, ਇੱਕ ਚਮਚ ਟਮਾਟਰ, ਦੋ ਚਮਚ ਪਿਆਜ਼, ਇੱਕ ਉਬਲੇ ਆਲੂ ਪਾਵਾਂਗੀ, ਚਮਚ ਚੀਨੀ, ਫਿਰ ਜ਼ੀਰਾ ਪਾਵਾਂਗੀ, ਅੱਧਾ ਚਮਚ ਕਾਲੀ ਮਿਰਚ ਪਾਵਾਂਗੀ, ਅੱਧਾ ਚਮਚ ਕੁੱਟੀ ਮਿਰਚ ਪਾਵਾਂਗੀ, ਅੱਧਾ ਚਮਚ ਨਮਕ ਪਾਵਾਂਗੀ, ਅੱਧਾ ਚਮਚ ਚਲੋ ਫਿਰ ਬਣਾ ਲੈ ਮੈਂ ਦਹੀਂ 'ਚ ਪਾਵਾਂਗੀ ਚੀਨੀ। ਦਹੀਂ ਚੀਨੀ ਮਿਕਸ ਹੋ ਗਈ, ਹੁਣ ਮੈਂ ਬੋਲ 'ਚ ਪਾ ਦਾਂਗੀ। ਦਹੀਂ 'ਚ ਆਲੂ, ਪਿਆਜ਼, ਹਰੀ ਮਿਰਚ, ਗਾਜਰ ਅਤੇ ਪਿਆਜ਼ ਪਾ ਦਾਂਗੀ। ਹੁਣ ਮੈਂ ਸੁੱਕੇ ਮਸਾਲੇ ਪਾ ਦਾਂਗੀ। ਜੀ ਰਾਇਤੇ 'ਚ ਮਸਾਲੇ ਮਿਕਸ ਹੋ ਗਏ ਨੇ, ਸਾਡਾ ਸਿੰਧੀ ਵੈਜੀਟੇਬਲ ਰਾਇਤਾ ਤਿਆਰ ਹੋ ਗਿਆ। ਬੇਟਾ ਜੀ ਮੈਂ ਸਿੰਧੀ ਵੈਜੀਟੇਬਲ ਰਾਇਤਾ ਡਿਸ਼ ਆਊਟ ਕਰਤਾ, ਤੁਸੀਂ ਵੀ ਇਸ ਤਰ੍ਹਾਂ ਬਣਾਉਣਾ। ਦੁਆਵਾਂ 'ਚ ਯਾਦ ਰੱਖਣਾ, ਅੱਲਾ ਹਾਫਿਜ਼।